4 ਮਾਰਚ ਨੂੰ ਲੁਧਿਆਣਾ ਦੇ ਗਿੱਲ ਰੋਡ 'ਤੇ ਗੋਬਿੰਦ ਜੂਲਰਸ ਇੱਕ ਜੂਲਰਸ ਦੇ ਆਊਟਲੈਟ 'ਤੇ ਇੱਕ ਬੜੀ ਸੈਂਸੇਸ਼ਨਲ ਇੱਕ ਘਟਨਾ ਹੋਈ ਸੀ ਕਿ ਜਿੱਥੇ 3 ਬੰਦੇ ਜਿਨ੍ਹਾਂ ਨੇ 2 ਨੇ ਪੱਗਾਂ ਬੰਨੀਆਂ ਸੀ ਅਤੇ ਇੱਕ ਮੋਨਾ ਸੀ, ਅਤੇ ਉਸ ਜੂਲਰ ਸ਼ਾਪ ਤੋਂ ਇਹ 1 ਕਿਲੋ ਦੇ ਕਰੀਬ ਸੋਨਾ ਔਰ 4 ਕਿਲੋ ਦੀ ਚਾਂਦੀ ਦੀ ਦਿਨ ਦਿਹਾੜੇ ਡਾਕਾ ਮਾਰ ਕੇ ਉੱਥੋਂ ਲੁੱਟ ਕੇ ਲੈ ਗਏ ਸੀਗੇ। ਔਰ ਇਹਨਾਂ ਇੱਕ ਬੜਾ ਜੂਲਰ ਕਮਿਊਨਿਟੀ 'ਚ ਵੀ ਕਾਫੀ ਸਹਿਮ ਦਾ ਮਾਹੌਲ ਹੋਇਆ ਸੀ। ਉਸ ਤੋਂ ਬਾਅਦ ਸਾਡੇ ADCP ਜਸਕਿਰਨ ਤੇਜਾ ਔਰ ACP ਸੰਦੀਪ ਵਡੇਰਾ ਦੀਆਂ ਟੀਮਸ ਨੇ ਔਰ ਬਾਕੀ ਲੁਧਿਆਣਾ ਪੁਲਿਸ ਦੀਆਂ ਟੀਮਸ ਨੇ ਬੜਾ ਇੱਕ ਸੁਚੱਜੇ ਢੰਗ ਨਾਲ, ਬੜੇ ਸਾਇੰਟੀਫਿਕ ਢੰਗ ਨਾਲ ਇਹਦੇ 'ਚ ਤਫਤੀਸ਼ ਅਮਲ 'ਚ ਲਿਆਂਦੀ। ਔਰ ਆਸ ਪਾਸ ਦੇ ਉਸ ਏਰੀਆ ਜਿੰਨੀਆਂ CCTV ਫੁਟੇਜਸ ਡਿਵੀਜ਼ਨ ਨੰਬਰ 6 ਦੇ ਟੀਮਸ ਨੇ ਵੀ ਉਹ ਸਾਰੀਆਂ ਪ੍ਰਕਿਓਰ ਕੀਤੀਆਂ। ਉਹਦੇ 'ਚ CCTV ਫੁਟੇਜਸ 'ਚ ਇਹਨਾਂ ਨੂੰ ਸਾਨੂੰ ਕੁਛ ਕਲੂ ਚੱਲ ਗਏ ਸੀ ਕਿ ਇਹ ਬੰਦੇ 2 ਪੱਗ ਵਾਲੇ ਅਤੇ ਇੱਕ ਮੋਟਰਸਾਈਕਲ 'ਤੇ ਆਏ ਨੇ। ਇਹਨਾਂ ਨੇ ਮੋਟਰਸਾਈਕਲ 'ਤੇ ਕੋਈ ਵੀ ਨੰਬਰ ਪਲੇਟ ਨਹੀਂ ਸੀ ਲਗਾਈ, ਪਰ ਇਹਨਾਂ ਨੂੰ ਹੌਲੀ ਹੌਲੀ ਕਰਕੇ ਜਦੋਂ ਸਾਡੀਆਂ ਟੀਮਾਂ ਨੇ ਵਰਕ ਕੀਤਾ ਅਤੇ ਇਹ ਸਾਰਾ ਇੱਕ ਕੇਸ ਨੂੰ ਕ੍ਰੈਕ ਕੀਤਾ ਗਿਆ। ਇਹਦੇ ਵਿੱਚ ਬਾਅਦ 'ਚ ਪਾਇਆ ਗਿਆ ਕਿ ਇਹਦੇ 'ਚ ਕੁੱਲ 5 ਦੋਸ਼ੀ ਇਨਵੋਲਵ ਪਾਏ ਗਏ। ਇਹਨਾਂ ਦਾ ਗੈਂਗ ਜਿਹੜਾ ਸੀ ਤਾਂ ਮੇਨ ਕਿੰਗ ਪਿੰਗ ਪਲੈਨਰ ਕਮਲਪ੍ਰੀਤ ਸਿੰਘ ਸੀ ਲੜਕਾ, ਉਹ ਖੁਦ ਇੱਕ ਜੂਲਰ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਸਦੇ ਫਾਦਰ ਜੂਲਰ ਨੇ, ਔਰ ਉਹਨੂੰ ਹੀ ਪਤਾ ਸੀ ਕਿ ਇਹ ਜਿਹੜਾ ਜੂਲਰ ਆ ਗੋਬਿੰਦ ਜੂਲਰ ਵਾਲਾ ਦਵਿੰਦਰ ਸਿੰਘ ਨਿੱਕੂ ਹੈ, ਇਹ ਕੰਮ ਕਰ ਇਹਦਾ ਅੱਜ ਕੱਲ੍ਹ ਸਲੋਅ ਸੀ, ਇਹਨੇ ਆਪਣੇ ਕੋਈ ਵੀ ਇੰਪਲਾਈ ਨਹੀਂ ਸੀ ਰੱਖਿਆ ਹੋਇਆ ਦੁਕਾਨ 'ਤੇ, ਕੋਈ ਗਾਰਡ ਨਹੀਂ ਸੀ, ਪਰ ਇਹਨਾਂ ਨੂੰ ਜ਼ਰੂਰ ਪਤਾ ਸੀ ਕਿ ਇਹਨਾਂ ਕੋਲ ਅੰਦਰ ਕਾਫੀ ਮਾਤਰਾ 'ਚ ਸੋਨਾ ਔਰ ਚਾਂਦੀ ਪਈ ਹੈ। ਅਤੇ ਇਹਨੇ ਫਿਰ ਆਪਣੇ ਸਾਥੀਆਂ ਦਾ, ਆਪਣੇ ਦੋਸਤਾਂ ਨਾਲ ਸਲਾਹ ਕਰਕੇ ਵੀ ਇੱਕ ਈਜ਼ੀ ਟਾਰਗੇਟ ਆ, ਅਸੀਂ ਉਹਨੂੰ ਲੁੱਟ ਸਕਦੇ ਹਾਂ। ਇਹਦੇ 'ਚ ਇਹਨੇ ਸੁਮਿਤ ਸੰਧੂ, ਰਾਹੁਲ ਕਾਂਗ, ਇਹ 2 ਲੜਕਿਆਂ ਨੂੰ ਨਾਲ ਰਲਾਇਆ ਅਤੇ ਇਹਨਾਂ ਨੇ ਹਥਿਆਰਬੰਦ ਹੋ ਕੇ ਜਾ ਕੇ ਉਸ ਦਿਨ 4 ਤਰੀਕ ਨੂੰ ਉੱਥੇ ਡਾਕੇ ਦੀ ਘਟਨਾ ਨੂੰ ਸਰ ਅੰਜਾਮ ਕੀਤਾ। ਅਤੇ ਇਹਨਾਂ ਨੂੰ ਸੀ ਸਾਡਾ ਪਤਾ ਨਹੀਂ ਲੱਗੇਗਾ, ਅਸੀਂ ਪੱਗਾਂ ਬੰਨੀਆਂ ਅਤੇ ਨੰਬਰ ਪਲੇਟ ਨਹੀਂ ਲੱਗੀ, ਪਰ ਸਾਡੀਆਂ ਟੀਮਸ ਨੇ ADC ਸਾਹਿਬ ਦੇ ਅੰਡਰ ਉਹਨਾਂ ਨੇ ਬੜਾ ਵਧੀਆ ਤਫਤੀਸ਼ ਨਾਲ ਇਹਨੂੰ ਕੇਸ ਨੂੰ ਕ੍ਰੈਕ ਕੀਤਾ। ਅਤੇ ਬਾਅਦ 'ਚ ਪਾਇਆ ਗਿਆ ਕਿ ਇਹਨਾਂ ਨਾਲ ਅੰਮ੍ਰਿਤਸਰ ਦਾ ਜੂਲਰ ਸੀ ਰਜੇਸ਼ ਨਾਮ ਦਾ, ਜਿਸ ਦੇ ਥਰੂ ਇਹਨਾਂ ਨੇ ਸਾਰਾ ਸੋਨੇ ਨੂੰ ਡਿਸਪੋਜ਼ ਆਫ ਕਰਨਾ ਸੀ, ਗੋਲਡ ਔਰ ਸਿਲਵਰ ਜੂਲਰੀ ਨੂੰ। ਕੁਝ ਸੋਨਾ ਇਹਨਾਂ ਨੇ ਗਹਿਣਿਆਂ ਨੂੰ ਢਾਲ ਕੇ ਉਹਦੀ ਇੱਕ ਗਲੀ ਜੀ ਵੀ ਬਣਾ ਲਈ ਸੀ, ਉਹ ਸਾਰਾ ਸੋਨਾ ਰਿਕਵਰ ਕਰ ਲਿਆ ਗਿਆ। ਔਰ ਕੁਝ ਜਿਹੜੀ ਚਾਂਦੀ ਦੀ ਜੂਲਰੀ ਸੀ, ਇਹਨਾਂ ਨੇ ਇੱਥੇ ਇੱਕ ਇਹਨਾਂ ਦਾ ਹੋਰ ਦੋਸਤ ਸੀਗਾ ਜਿਹੜਾ ਇੱਥੇ ਇਸ਼ਾਂਤ ਨਾਮ ਦਾ ਸੀ, ਉਹਦੇ ਕੋਲ ਇਹਨਾਂ ਨੇ ਸੰਭਾਲ ਕੇ ਰੱਖ ਦਿੱਤੀ ਸੀ ਕਿ ਇਹਨੂੰ ਬਾਅਦ ਵਿੱਚ ਡਿਸਪੋਜ਼ ਆਫ ਕਰਾਂਗੇ। ਸਾਰੇ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਔਰ ਸਾਰਾ ਹੀ ਜਿੰਨੀ ਵੀ ਜੂਲਰੀ ਲੁੱਟੀ ਗਈ ਸੀ ਸੋਨਾ ਔਰ ਚਾਂਦੀ ਦੀ, ਸਾਰੇ ਰਿਕਵਰ ਕਰ ਲਏ ਗਏ।